ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ ਜਿਸ ਦਾ ਨਾਮ ਹੈ ਮਾਨਕੁਟ। ਅੱਜ ਦੀ ਅਸੀਂ ਵੀਡੀਓ ਵਿੱਚ ਤੁਹਾਨੂੰ ਪੱਗ ਦਾ ਬੇਸ ਬਣ ਕੇ ਦਿਖਾਵਾਂਗੇ ਤਿੰਨ ਅਲੱਗ ਅਲੱਗ ਤਰੀਕਿਆਂ ਦੇ ਨਾਲ। ਸੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ। ਇਹ ਹੈ ਜੀ ਪਹਿਲੇ ਤਰੀਕੇ ਦੇ ਨਾਲ ਪੱਗ ਦਾ ਬੇਸ। ਇਸ ਵਾਸਤੇ ਇੱਕ ਅਸੀਂ ਨਿੱਕੀ ਪਟਕੀ ਦੀ ਵਰਤੋਂ ਕੀਤੀ ਹੈ। ਇਸ ਨੂੰ ਸਭ ਤੋਂ ਪਹਿਲਾਂ ਪਿੱਛੇ ਗੰਢ ਲਗਾ ਲੈਣਾ ਹੈ ਜਿਵੇਂ ਪਟਕੀ ਬੰਨੀ ਦੀ ਹੈ। ਜਿਹੜਾ ਜੂੜਾ ਕਰਨਾ ਹੈ ਹਮੇਸ਼ਾ ਸੈਂਟਰ ਦੇ ਵਿੱਚ ਕਰਨਾ ਹੈ, ਤਾਂ ਜੋ ਮੱਥੇ ਉੱਤੇ ਤਾਂ ਨਹੀਂ ਕਰਨਾ ਕਿਉਂਕਿ ਜਦੋਂ ਪਿੰਚ ਲਗਾਈ ਦੇ ਪੱਗ ਦੇ ਬਾਅਦ ਵਿੱਚ ਸਿਰ ਦਰਦ ਕਰਦਾ ਹੈ ਜਾਂ ਜ਼ਖਮ ਵੀ ਹੋ ਜਾਂਦੇ ਨੇ ਕਈ ਵੀਰਾਂ ਦੇ। ਇਸ ਕਰਕੇ ਜਿਹੜਾ ਜੂੜਾ ਹੈ ਸੈਂਟਰ ਦੇ ਵਿੱਚ ਕਰੀਦਾ ਹਮੇਸ਼ਾ। ਅਤੇ ਬੇਸ ਵਾਸਤੇ ਜਿਸ ਕੱਪੜੇ ਦੀ ਵਰਤੋਂ ਕੀਤੀ ਗਈ ਹੈ ਉਹ ਰੂਬੀਆ ਵੈਲ ਹੈ, 1.5 ਮੀਟਰ ਉਸਦੀ ਲੈਂਥ ਹੈ। ਜਿਹੜੇ ਵੀਰ ਛੋਟੀ ਪੱਗ ਬੰਨਦੇ ਨੇ ਜਿਵੇਂ 5.25 ਮੀਟਰ, 5.5 ਜਾਂ 6 ਮੀਟਰ ਤੱਕ, ਉਹ ਕੋਸ਼ਿਸ਼ ਕਰਨ ਕਿ 2 ਮੀਟਰ ਦਾ ਜਿਹੜਾ ਬੇਸ ਹੈ ਉਹ ਬੰਨਿਆ ਕਰਨ। ਜਿਹੜੇ ਫੁੱਲ ਵੈਲ ਦੀ ਪੱਗ ਦੀ ਵਰਤੋਂ ਕਰਦੇ ਨੇ ਉਹ ਵੀ 2 ਮੀਟਰ ਦੀ ਵਰਤੋਂ ਕਰਿਆ ਕਰਨ ਬੇਸ ਵਾਸਤੇ। ਉਸ ਦੇ ਨਾਲ ਕੀ ਹੈ ਉਹਨਾਂ ਦੀ ਫਲਾਵਟ ਵੱਧ ਆ ਜਾਏਗੀ ਪੱਗ ਦੀ ਅਤੇ ਦੇਖਣ ਵਿੱਚ ਸੋਹਣੀ ਲੱਗਦੀ ਹੈ। ਇਸ ਤਰੀਕੇ ਦੇ ਨਾਲ ਜੋ 1.5 ਮੀਟਰ ਦਾ ਪਰਨਾ ਹੈ ਉਸਦੀ ਜਿਵੇਂ ਪੱਗ ਵਾਂਗੂ ਪੂਣੀ ਕੀਤੀ ਹੈ ਉਸੇ ਤਰੀਕੇ ਨਾਲ ਪੂਣੀ ਕਰਨੀ ਹੈ। ਇਸ ਤਰੀਕੇ ਦੇ ਨਾਲ ਜੋ ਮੱਥਾ ਹੈ ਉਹ 2 ਜਾਂ 3 ਉਂਗਲਾਂ ਛੱਡ ਕੇ ਹਮੇਸ਼ਾ ਬੇਸ ਜਿਹੜਾ ਬੰਨਿਆ ਕਰੋ। 3 ਉਂਗਲਾਂ ਬੰਨੋਗੇ ਤਾਂ ਵਧੀਆ ਰਹੇਗਾ ਕਿਉਂਕਿ 2 ਉਂਗਲਾਂ ਉੱਪਰ ਤਾਂ ਬਾਅਦ ਵਿੱਚ 50 ਬੰਨਣੀ ਹੁੰਦੀ ਹੈ। ਪੱਗ ਬੰਨਦਿਆਂ ਟਾਈਮ ਹੈ ਉੱਪਰ ਨੂੰ ਵੀ ਖਿਸਕਣਾ ਹੁੰਦਾ ਬੇਸ ਨੇ ਵੀ ਅਤੇ 50 ਨੇ ਵੀ। ਸੋ ਜੇ ਆਪਾਂ ਥੱਲੇ ਬੰਨਾਂਗੇ ਤਾਂ ਉਹ ਦਿੱਕਤ ਪੇਸ਼ ਕਰੇਗਾ, ਸਿਰ ਦਰਦ ਕਰਨੀ ਉਹਦੇ ਨਾਲ ਬਾਅਦ ਵਿੱਚ ਵੀ। ਸੋ ਕੋਸ਼ਿਸ਼ ਕਰਿਆ ਕਰੋ ਕਿ 3 ਉਂਗਲਾਂ ਉੱਪਰ। ਅਤੇ ਇਸ ਤਰੀਕੇ ਦੇ ਨਾਲ ਗੋਲ ਪਰਨਾ ਜਿਵੇਂ ਬੰਨੀਦਾ ਉਸ ਤਰੀਕੇ ਦੇ ਨਾਲ ਇਸਨੂੰ ਬੰਨਣਾ ਹੈ। ਜ਼ਿਆਦਾ ਟਾਈਟ ਵੀ ਨਹੀਂ ਬੰਨਣਾ ਅਤੇ ਜ਼ਿਆਦਾ ਢਿੱਲਾ ਵੀ ਨਹੀਂ ਬੰਨਣਾ, ਇਸਨੂੰ ਨੋਰਮਲ ਜਿਹਾ ਬੰਨਾਂਗੇ। ਮੇਰੀਆਂ ਜ਼ਿਆਦਾਤਰ ਜਿਹੜੀਆਂ ਮੈਂ ਪੱਗਾਂ ਬੰਨਦਾ ਵਾਂ ਇਸੇ ਤਰੀਕੇ ਦੇ ਬੇਸ ਉੱਪਰ ਹੁੰਦੀਆਂ ਨੇ। ਇਹ ਸੀ ਜੀ ਸਾਡੇ ਬੇਸ ਦਾ ਪਹਿਲਾ ਸਟਾਈਲ। ਦੇਖ ਸਕਦੇ ਹੋ ਕਿ 2 ਜਾਂ 3 ਉਂਗਲਾਂ ਘੱਟੋ ਘੱਟ ਉੱਪਰ ਹੋਣਾ ਚਾਹੀਦਾ ਹੈ। ਹੁਣ ਜੀ ਦੂਸਰੇ ਸਟਾਈਲ ਦਾ ਜੋ ਬੇਸ ਹੈ ਉਹ ਕਿਵੇਂ ਬੰਨੀਦਾ ਹੈ, ਚਲੋ ਜੀ ਉਹ ਦੇਖਦੇ ਹਾਂ। ਇਸ ਬੇਸ ਵਾਸਤੇ ਜਿਹੜਾ ਜੂੜਾ ਹੈ ਉਹ ਖੱਬੀ ਸਾਈਡ 'ਤੇ ਕੀਤਾ ਜਾਂਦਾ ਹੈ ਕੰਨ ਦੇ ਉੱਪਰ। ਇਸ ਬੇਸ ਦੀ ਜ਼ਿਆਦਾਤਰ ਵਰਤੋਂ ਅੰਮ੍ਰਿਤਸਰ ਸ਼ਾਹੀ ਪੱਗ ਵਾਸਤੇ ਕਰਦੇ ਨੇ ਲੜਕੇ, ਪਰ ਆਪਾਂ ਇਸ ਬੇਸ ਦੀ ਵਰਤੋਂ ਅੰਮ੍ਰਿਤਸਰ ਸ਼ਾਹੀ ਪੱਗ ਵਾਸਤੇ ਹੀ ਨਹੀਂ, ਇਸ ਬੇਸ ਦੀ ਵਰਤੋਂ ਵੱਟਾਂ ਵਾਲੀ ਪੱਗ ਵਾਸਤੇ ਅਤੇ ਪਟਿਆਲਾ ਸ਼ਾਹੀ ਪੱਗ ਵਾਸਤੇ ਵੀ ਕਰ ਸਕਦੇ ਹਾਂ। ਜਿਹੜੇ ਵੀਰ ਖੱਬੀ ਸਾਈਡ 'ਤੇ ਫਲਾਵਟ ਵੱਧ ਜਾਂਦੇ ਨੇ ਵੱਟਾਂ ਵਾਲੀ ਪੱਗ ਦੇ ਵਿੱਚ ਅਤੇ ਪਟਿਆਲਾ ਸ਼ਾਹੀ ਪੱਗ ਵਿੱਚ ਵੀ, ਉਹ ਵੀ ਇਸ ਬੇਸ ਦੀ ਵਰਤੋਂ ਕਰ ਸਕਦੇ ਨੇ। ਜਿਹੜੇ ਰੂਬੀਆ ਵੈਲ ਦੀ ਪੱਗ ਨਹੀਂ ਬੰਨਦੇ ਅਜੇ, ਫੁੱਲ ਵੈਲ ਦੀ ਪੱਗ ਬੰਨਦੇ ਨੇ, ਉਹ ਵੀ ਇਸ ਬੇਸ ਦੀ ਵਰਤੋਂ ਕਰਕੇ ਫਲਾਵਟ ਜਿਹੜੀ ਹੈ ਵੱਧ ਲਿਆ ਸਕਦੇ ਨੇ ਖੱਬੀ ਸਾਈਡ ਦੇ ਵਿੱਚ। ਅਤੇ ਹਮੇਸ਼ਾ ਜਿਹੜੀ ਗੰਢ ਹੈ ਉਹ ਜਿਹੜੀ ਪਿੱਛੇ ਗੰਢ ਲਗਾਉਣੀ ਹੈ ਉਹ ਕਦੀ ਵੀ ਕੱਸ ਕੇ ਨਾ ਲਗਾਇਓ, ਨੋਰਮਲ ਜੀ ਲਗਾਇਆ ਕਰੋ ਹਮੇਸ਼ਾ। ਜੇ ਜ਼ਿਆਦਾ ਕੱਸ ਕੇ ਲਗਾਓਗੇ ਤਾਂ ਬਾਅਦ ਵਿੱਚ ਦਰਦ ਕਰਦੀ ਹੈ ਸਾਰਾ ਦਿਨ। ਸੋ ਉਸਨੂੰ ਨੋਰਮਲ ਜੀ ਗੰਢ ਲਗਾਇਆ ਕਰੋ। ਇਸ ਦੇ ਉੱਪਰ ਵੀ ਜਿਹੜਾ ਬੇਸ ਬੰਨਾਂਗੇ ਆਪਾਂ ਉਹ ਵੀ ਸੇਮ 1.5 ਮੀਟਰ ਦਾ ਕੱਪੜਾ ਹੋਏਗਾ, ਰੂਬੀਆ ਵੈਲ ਦਾ ਹੋਏਗਾ। ਜਿਵੇਂ ਪੱਗ ਦੀ ਪੂਣੀ ਕੀਤੀ ਜਾਂਦੀ ਹੈ ਉਸੇ ਤਰੀਕੇ ਨਾਲ ਉਸਦੀ ਪੂਣੀ ਕੀਤੀ ਜਾਏਗੀ। ਫਰਕ ਸਿਰਫ ਇਹ ਹੋਏਗਾ ਕਿ ਜਿਹੜਾ ਜੂੜਾ ਹੈ ਉਹ ਆਪਾਂ ਖੱਬੀ ਸਾਈਡ 'ਤੇ ਕੀਤਾ ਹੈ ਉਸਦੇ ਕਾਰਨ ਕੀ ਹੈ ਕਿ ਜਿਹੜੀ ਖੱਬੀ ਸਾਈਡ ਦੀ ਫਲਾਵਟ ਹੈ ਉਹ ਵੱਧ ਆ ਜਾਏਗੀ ਪੱਗ ਦੇ ਉਹਦੇ ਬੇਸ ਦੇ ਵਿੱਚ, ਅਤੇ ਬਾਅਦ ਵਿੱਚ ਜਦੋਂ ਪੱਗ ਬੰਨਾਂਗੇ ਤਾਂ ਖੱਬੀ ਸਾਈਡ ਦੀ ਫਲਾਵਟ ਵੱਧ ਦਿਖਾਈ ਦੇਵੇਗੀ। ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਤਾਂ ਧੰਨਵਾਦ, ਜਿਹੜੇ ਵੀਰਾਂ ਨੇ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ 'ਤੇ ਵੀ ਕਲਿੱਕ ਕਰ ਦਿਓ ਤਾਂ ਜੋ ਜਦੋਂ ਵੀ ਇਨ ਫਿਊਚਰ ਨਵੀਆਂ ਵੀਡੀਓਜ਼ ਆਪਾਂ ਅਪਲੋਡ ਕਰਾਂਗੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਉਸਦਾ ਨੋਟੀਫਿਕੇਸ਼ਨ ਮਿਲ ਜਾਵੇ। ਵੀਡੀਓ ਚੰਗੀ ਲੱਗੇਗੀ ਤਾਂ ਲਾਈਕ ਤਾਂ ਸ਼ੇਅਰ ਕਰਨਾ ਵੀ ਨਾ ਭੁੱਲਿਓ ਵੀਰੇ। ਇਹ ਦੇਖ ਸਕਦੇ ਹੋ ਕਿ ਸੱਜੀ ਸਾਈਡ ਤੋਂ ਫਲਾਵਟ ਘੱਟ, ਫਰੰਟ ਤੋਂ ਵੀ ਘੱਟ ਅਤੇ ਖੱਬੀ ਸਾਈਡ ਤੋਂ ਵੱਧ ਹੈ। ਹੁਣ ਚੱਲਦੇ ਹਾਂ ਜੀ ਤੀਸਰੇ ਸਟਾਈਲ ਦੇ ਬੇਸ ਵੱਲ। ਹਾਂਜੀ ਇਸ ਬੇਸ ਵਾਸਤੇ ਜਿਵੇਂ ਕਿ ਦੇਖ ਸਕਦੇ ਹੋ ਕਿ ਜੂੜਾ ਸੈਂਟਰ ਦੇ ਵਿੱਚ ਹੀ ਕਰਨਾ ਹੈ ਸਿਰ ਦੇ, ਅਤੇ ਪਰਨੇ ਨੂੰ ਜੋ ਹੈ ਪੂਰਾ ਖੋਲ੍ਹ ਲੈਣਾ ਹੈ, 1.5 ਮੀਟਰ ਦਾ ਹੀ ਪਰਨਾ ਹੈ। ਅਤੇ ਜਿਹੜਾ ਬੇਸ ਆਪਾਂ ਬੰਨਾਂਗੇ ਉਸਨੂੰ ਕੰਨ ਦੇ ਉੱਪਰ ਬੰਨਾਂਗੇ। ਕਦੀ ਵੀ ਬੇਸ ਬੰਨਣ ਲੱਗਿਆਂ ਯਾਦ ਰੱਖਿਓ ਕੰਨ ਨੂੰ ਕਵਰ ਨਹੀਂ ਕਰਨਾ। ਜੇ ਇਸ ਤਰੀਕੇ ਨਾਲ ਬੇਸ ਬੰਨਣ ਲੱਗਿਆਂ ਤੁਸੀਂ ਕੰਨ ਨੂੰ ਕਵਰ ਕਰ ਲਓਗੇ ਤਾਂ ਬਾਅਦ ਵਿੱਚ ਜਦੋਂ ਉੱਪਰ ਪੱਗ ਵੱਜੇਗੀ ਤਾਂ ਉਹ ਕੰਨ ਦਰਦ ਕਰੇਗਾ ਤੁਹਾਡਾ, ਇੱਥੋਂ ਤੱਕ ਕਿ ਕੰਨ ਦੇ ਉੱਪਰ ਜ਼ਖਮ ਵੀ ਹੋ ਸਕਦੇ ਨੇ। ਜਿਹੜੇ ਵਾਧੂ ਵਾਲੇ ਉਹਨਾਂ ਨੂੰ ਬਾਜ ਦੇ ਨਾਲ ਅੰਦਰ ਕਰ ਲੈਣਾ। ਇਸ ਬੇਸ ਦੀ ਖਾਸੀਅਤ ਇਹ ਹੈ ਕਿ ਜਿੰਨੇ ਮੈਂ ਬੇਸ ਦੱਸੇ ਨੇ ਹੁਣ ਤੱਕ 2, ਇਹ ਜਿਹੜਾ ਤੀਸਰਾ ਬੇਸ ਹੈ ਸਭ ਤੋਂ ਜ਼ਿਆਦਾ ਕੰਫਰਟੇਬਲ ਬੇਸ ਇਹੀ ਹੁੰਦਾ ਹੈ। ਇਸ ਬੇਸ ਦੀ ਵਰਤੋਂ ਦੇ ਨਾਲ ਤੁਸੀਂ ਵੱਟਾਂ ਵਾਲੀ ਪੱਗ ਵੀ ਬੰਨ ਸਕਦੇ ਹੋ, ਅੰਮ੍ਰਿਤਸਰ ਸ਼ਾਹੀ ਪੱਗ ਵੀ ਬੰਨ ਸਕਦੇ ਹੋ, ਪਟਿਆਲਾ ਸ਼ਾਹੀ ਪੱਗ ਵੀ ਬੰਨ ਸਕਦੇ ਹੋ ਅਤੇ ਮੋਰਨੀ ਪੱਗ ਵੀ ਬੰਨ ਸਕਦੇ ਹੋ। ਇਹ ਦੇਖ ਸਕਦੇ ਹੋ ਕਿ ਇਹ ਵੀ ਜਿਹੜਾ ਬੇਸ ਹੈ 2 ਜਾਂ 3 ਉਂਗਲਾਂ ਉੱਪਰ ਹੀ ਬੰਨਣਾ ਹੈ। ਉੱਪਰ ਵਾਲੀ ਸਾਈਡ ਤੋਂ ਇਹ ਹਮੇਸ਼ਾ ਢਿੱਲਾ ਹੀ ਦਿਖਾਈ ਦਿੰਦਾ ਹੈ,
ਜਦੋਂ ਬਾਅਦ ਵਿੱਚ ਪੱਗ ਬੰਨੀ ਦੀ ਹੈ ਅਤੇ ਛੱਤ ਪਾਈ ਦੀ ਹੈ, ਆਪਣੇ ਆਪ ਕੱਸਿਆ ਜਾਂਦਾ ਹੈ, ਇਸ ਦੀ ਜ਼ਿਆਦਾ ਫਿਕਰ ਨਹੀਂ ਕਰਨੀ ਕਦੀ ਵੀ। ਤੁਸੀਂ ਮੇਰੇ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ ਕਿ ਮੇਰੀਆਂ ਕਈ ਵੀਡੀਓਜ਼ ਦੇ ਵਿੱਚ ਮੈਂ ਇਸ ਤਰੀਕੇ ਦੇ ਬੇਸ ਦੇ ਨਾਲ ਵੀ ਪੱਗ ਬੰਨੀ ਹੈ, ਤਾਂ ਕੋਈ ਦਿੱਕਤ ਪੇਸ਼ ਨਹੀਂ ਕਰਦਾ ਇਹ ਬੇਸ, ਸਗੋਂ ਕਿ ਜ਼ਿਆਦਾ ਕੰਫਰਟੇਬਲ ਬੇਸ ਹੁੰਦਾ ਹੈ ਸਭ ਤੋਂ ਜ਼ਿਆਦਾ। ਇੱਕ ਮਰਿਆਦਾ ਦੇ ਅਨੁਸਾਰ ਵੀ ਜਿਵੇਂ ਪੱਗ ਬੰਨੀ ਦੀ ਉਹ ਇਹ ਉਹ ਵੀ ਅਦਾ ਕਰਦਾ। ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ, ਪਸੰਦ ਆਈ ਤਾਂ ਲਾਈਕ ਤਾਂ ਸ਼ੇਅਰ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ, ਉਦੋਂ ਤੱਕ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।